You're listening to CNN Toronto, Chawla News Network Toronto. ਟੋਰਾਂਟੋ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਤੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਹਾਰਦਿਕ ਨਿੱਘਾ ਸਵਾਗਤ ਹੈ ਜੀ। ਆਓ ਫਿਰ ਚੱਲਦੇ ਹਾਂ ਪੰਜਾਬ। ਸਾਡੇ ਨਾਲ ਇਸ ਵਕਤ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੋਵੇ ਤਾਂ ਨੰਬਰ ਰਹੇਗਾ 905-813-1320 ਤੇ ਤੁਸੀਂ ਕਾਲ ਕਰ ਸਕੋਗੇ। ਅਕੀਦਾ ਸਾਹਿਬ ਸਵਾਗਤ ਹੈ, ਵੈਲਕਮ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚੌਲਾ ਸਾਹਿਬ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ, ਧੰਨਵਾਦ ਚੌਲਾ ਸਾਹਿਬ ਨਾਲ ਜੋੜਨ ਲਈ। ਸਤਿ ਸ੍ਰੀ ਅਕਾਲ ਨੰਜੂ ਜੀ। ਸਤਿ ਸ੍ਰੀ ਅਕਾਲ ਅਕੀਦਾ ਜੀ, ਕੀ ਹਾਲ ਚਾਲ? ਵਧੀਆ, ਫਸਟ ਕਲਾਸ, ਫਸਟ ਕਲਾਸ। ਕਿੱਦਾਂ ਵੈਦਰ, ਠੀਕ ਹੋ ਉੱਥੇ? ਹੁਣ ਗਰਮੀ ਰਹਿਣੀ ਹੈ 3-4 ਦਿਨਾਂ ਜੇ ਹੋਰ ਚੌਲਾ ਸਾਹਿਬ, ਕਿਉਂਕਿ ਮੌਨਸੂਨ ਉੱਧਰ ਤਾਂ ਆ ਗਈ ਆ, ਯੂਪੀ ਵਾਲੇ ਐਮਪੀ ਵਾਲੇ ਪਾਸੇ ਤਾਂ ਉੱਧਰ ਤਾਂ ਕੱਲ੍ਹ ਬਾਰਿਸ਼ ਵਾਹਵਾ ਹੋਈ ਹੈ, ਤਿੰਨ ਮਰ ਗਏ ਆ ਬਾਰਿਸ਼ ਨਾਲ ਹੀ ਮਰ ਗਏ। ਉਹ ਕਹਿੰਦੇ ਵੀ ਇੱਥੇ ਗਰਮੀ ਵੀ ਮਾਰਦੀ ਹੈ ਤੇ ਸਰਦੀ ਵੀ, ਤੇ ਆਪਣਾ ਨਾਲ ਹੀ ਬਾਰਿਸ਼ ਵੀ ਮਾਰ ਦਿੰਦੀ ਹੈ। ਤੇ ਚਲੋ, ਤੇ ਉਹ ਤਿੰਨਾਂ ਦੀ ਮੌਤ ਹੋ ਗਈ ਹੈ ਚਾਵਲਾ ਸਾਹਿਬ, ਤੇ ਕਾਫੀ ਮਾੜੀ ਮਾੜੀ ਖਬਰ ਹੈਗੀ ਆ। ਤੇ ਪਰ ਇੱਧਰਲੇ ਪਾਸੇ ਉੱਤਰੀ ਭਾਰਤ 'ਚ ਗਰਮੀ ਕਾਫੀ ਆ, ਅਜੇ ਤੱਕ ਸੰਭਾਵਨਾ ਵੀ ਨਹੀਂ ਹੈਗੀ ਕੋਈ। 2-3 ਦਿਨ ਦਾ ਦੱਸਿਆ ਅਲਰਟ ਵੀ, 2-3 ਦਿਨ ਤੁਹਾਨੂੰ ਹੀਟ ਵੇਵ ਦੇ ਵਿੱਚ, ਗਰਮੀ ਦੇ ਵਿੱਚ ਰਹਿਣਾ ਪੈਣਾ ਚਾਵਲਾ ਸਾਹਿਬ। ਮਾਸਟਰ ਤਾਰਾ ਸਿੰਘ ਦੇ ਜਨਮ ਦਿਨ ਤੇ ਅਕਾਲੀ ਦਲ ਦਾ ਕੋਈ ਸਮਾਗਮ ਨਹੀਂ। ਕਾਫੀ ਹੁਣ ਖਬਰਾਂ ਛਪੀਆਂ ਨੇ, ਸ਼ਾਇਦ ਉਸ ਦਾ ਕਹਿਣਗੇ ਪ੍ਰੋਗਰਾਮ ਤੇ ਸੀਗਾ, ਪ੍ਰਧਾਨ ਜੀ ਬੀਜੀ ਸੀ। ਇਹਦੀ ਮੰਗ ਨਾ ਚਾਵਲਾ ਸਾਹਿਬ ਵਾਹਵਾ ਦੇਰ ਤੋਂ ਉੱਠ ਰਹੀ ਸੀਗੀ ਮਾਸਟਰ ਤਾਰਾ ਸਿੰਘ ਨੂੰ ਤੋਂ। ਕੁੱਝ ਫਿਰਕਿਆਂ ਨੇ, ਕੁੱਝ ਖੇਤਰ ਨੇ ਮੰਗ ਕੀਤੀ ਸੀ ਕਿ ਉਸ ਨੇ ਗੁੜਗਾਓਂ ਤੱਕ ਪੰਜਾਬ ਤੇ ਕਬਜ਼ਾ ਕਰਨਾ ਸੀ ਪਾਕਿਸਤਾਨ ਨੇ, ਗੁੜਗਾਓਂ ਤੋਂ ਮਤਲਬ ਕਿ ਉੱਧਰ ਉਹਨੇ ਜਿਹੜਾ ਤਾਰਾ ਸਿੰਘ ਨੇ ਕਾਫੀ ਲੜਾਈ ਲੜੀ, ਕਹਿੰਦੇ ਇਹ ਜਿਵੇਂ ਜਿਹੜਾ ਕਿਹਾ ਜਾਂਦਾ ਵੀ ਉਹਨੇ ਗੁੜਗਾਓਂ ਤੱਕ ਇੱਥੇ ਪੰਜਾਬ ਨੂੰ ਅੰਮ੍ਰਿਤਸਰ ਤੱਕ ਬਚਾਇਆ ਪਾਕਿਸਤਾਨ ਤੋਂ ਜਾਣ ਤੋਂ। ਤੇ ਇਸ ਬੰਦੇ ਦਾ ਕਾਫੀ ਸ਼੍ਰੋਮਣੀ ਅਕਾਲੀ ਦਲ ਵਿੱਚ ਯੋਗਦਾਨ ਹੈਗਾ, ਤੇ ਇਸ ਦਾ ਇੱਕ ਤਾਂ ਉੱਥੇ ਬੁੱਤ ਲਾਉਣ ਦੀ ਮੰਗ ਉੱਠ ਰਹੀ ਸੀਗੀ ਸੰਸਦ ਦੇ ਵਿੱਚ, ਤੇ ਉਹ ਬੁੱਤ ਲੱਗ ਗਿਆ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਵਿੱਚ 2003 ਵਿੱਚ। ਤੇ ਬਾਅਦ ਜੀ ਪਦਮ ਸ਼੍ਰੀ ਦੇਣ ਦੀ ਗੱਲ ਵੀ, ਇੱਕ ਬੜਾ ਵੱਡਾ ਕੰਮ ਕੀਤਾ ਬੰਦਾ, ਬੜਾ ਮਿਲਣਾ ਚਾਹੀਦਾ ਸੀ, ਤੇ ਪਰ ਉਹ ਵੀ ਨਹੀਂ ਮਿਲਿਆ। ਤੇ ਅਕਾਲੀ ਦਲ ਤਾਂ ਭੁੱਲ ਗਿਆ ਉਹਨੂੰ ਚਾਵਲਾ ਸਾਹਿਬ। ਅਸਲ 'ਚ ਇਹਦੇ ਪਿੱਛੇ ਕਾਰਨ ਆ ਇੱਕ, ਜਿਹੜਾ ਕਿ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ ਤੇ ਕੁਝ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ, ਕੁਝ ਲੋਕ ਜਾਣ ਕੇ ਅਣਜਾਣ ਹੋ ਜਾਂਦੇ ਆ ਇਸ ਗੱਲ ਇਹਨਾਂ ਗੱਲਾਂ ਨੂੰ। ਮੈਂ ਜਦੋਂ ਕਰਦਾ ਨਾ ਜੀ ਤਾਂ ਮੈਨੂੰ ਕਹਿ ਦਿੰਦੇ ਨੇ ਵੀ ਅਕੀਦਾ ਸਾਹਿਬ ਤੋਂ ਉਹੀ ਗੱਲਾਂ ਕਰੀ ਜਾਂਦੇ ਆ। ਕਾਰਨ ਕੀ ਆ? ਜਦੋਂ ਨਾ ਪੰਜਾਬੀ ਸੂਬੇ ਬਾਰੇ ਸੰਘਰਸ਼ ਚੱਲ ਰਿਹਾ ਸੀਗਾ ਅਕਾਲੀ ਦਲ ਦਾ, ਉਸ ਵੇਲੇ ਦੋ ਧਿਰਾਂ ਸੀਗੀਆਂ ਉੱਥੇ, ਇੱਕ ਮਾਸਟਰ ਤਾਰਾ ਸਿੰਘ, ਇੱਕ ਸੰਤ ਫਤਿਹ ਸਿੰਘ। ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਦੀ ਆਪਸ ਵਿੱਚ ਕਲੇਸ਼ ਚੱਲ ਗਿਆ ਦੋਵਾਂ ਦਾ ਆਪਸ। ਉਹ ਸੰਤ ਜਿਹੜਾ ਮਾਸਟਰ ਤਾਰਾ ਸਿੰਘ ਸੀਗਾ ਉਹ ਸ਼ਹਿਰੀ ਸਿੱਖਾਂ ਦੇ ਵਿੱਚੋਂ ਆਉਂਦੇ ਸੀਗੇ, ਸੰਤ ਫਤਿਹ ਸਿੰਘ ਜੱਟਾਂ 'ਚੋਂ ਆਉਂਦੇ ਸੀਗੇ। ਤੇ ਹੋਇਆ ਕੀ ਵੀ ਉਹਨਾਂ ਦਾ ਆਪਸ 'ਚ ਕਲੇਸ਼ ਚੱਲਿਆ, ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਬੜਾ ਖਤਰਨਾਕ ਲਹਿਰ ਚਲਾਈ ਵੀ ਮਾਸਟਰ ਤਾਰਾ ਸਿੰਘ ਜਿਹੜਾ ਹੈਗਾ ਉਹ ਠੀਕ ਨਹੀਂ ਹੈਗਾ ਤੇ ਸੰਤ ਫਤਿਹ ਸਿੰਘ ਠੀਕ ਆ। ਉਸ ਟਾਈਮ ਬੜੇ ਬੜੇ ਮੀਮ ਉੱਠੇ, ਬੜੇ ਬੜੇ ਉੱਡੀਆਂ ਗੱਲਾਂ ਕਿ ਭਾਪੇ ਤਾਂ ਇੱਦਾਂ ਹੁੰਦੇ ਆ ਕਿ ਭਾਪਾ ਭਾਪਾ, ਦੋ ਭਾਪੇ ਸਿਆਪਾ, ਤਿੰਨ ਭਾਪੇ ਲੜਾਈ, ਭਾਪੇ ਨੂੰ ਤਾਂ ਹੱਥ ਨਾਲ ਮਿਲਾਓ ਜੀ, ਉਹ ਤਾਂ ਸ਼ਾਂ ਮੁੰਦਰੀ ਲਾਹ ਲੈਂਦੇ ਆ, ਉਹ ਤਾਂ ਗੁਰਦੁਆਰੇ ਜਾਂਦੇ ਆ ਜੀ, ਗੁਰਦੁਆਰੇ ਜਾ ਕੇ ਜੀ ਤੇਰੇ ਕੋਲ ਆਉਂਦੇ ਹਾਂ ਅਸੀਂ, ਨਾਲੇ ਲੁੱਟਦੇ ਵੀ ਆ, ਨਾਲੇ ਬਹੁਤ ਕੁਝ ਉੱਡਿਆ ਉਸ ਟਾਈਮ, ਮਤਲਬ ਸਾਰੇ ਸਿੱਖਾਂ ਦੇ ਖਿਲਾਫ਼ ਪਿੰਡਾਂ ਦੇ ਵਿੱਚ, ਮਤਲਬ ਕਿ ਕਿਉਂਕਿ ਸੰਤ ਫਤਿਹ ਸਿੰਘ ਨੂੰ ਉੱਪਰ ਉਭਾਰਨਾ ਸੀਗਾ। ਇਹ ਉਹ ਸੀਗਾ ਯੁੱਧ ਗੋਲਕ ਦਾ, ਅਸਲ 'ਚ ਉਹ ਯੁੱਧ ਸੀ ਗੋਲਕ ਦਾ ਕਿ ਉਹ ਗੋਲਕ ਕਿਹੜੇ ਲੋਕਾਂ ਦੇ ਰਾਹੀਂ ਸੰਗਤ ਕੋਲ ਜਾਏਗਾ, ਕਿ ਜੱਟ ਸਿੱਖ ਲਿਜਾਣਗੇ ਗੋਲਕ ਜਾਂ ਸਹਿਰੀ ਸਿੱਖ ਲਿਜਾਣਗੇ। ਉਹ ਬੜਾ ਵੱਡਾ ਯੁੱਧ ਸੀਗਾ, ਉਹ ਯੁੱਧ ਵਿੱਚ ਜੱਟ ਸਿੰਘ ਜਿੱਤ ਗਏ ਸੀਗੇ ਤੇ ਮਾਸਟਰ ਤਾਰਾ ਸਿੰਘ ਉਹਨੂੰ ਹਾਰ ਗਏ ਸੀ ਉਹ ਯੁੱਧ ਵਿੱਚ। ਤੇ ਉਹ ਮਾਸਟਰ ਤਾਰਾ ਸਿੰਘ ਦੇ ਨਾਲ ਫਿਰ
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਦੇ ਵੀ ਇਨਸਾਫ ਨਹੀਂ ਕੀਤਾ ਚਾਵਲਾ ਸਾਹਿਬ ਜੀ। ਇੱਕ ਮੇਰੇ ਕੋਲ ਕਿਤਾਬ ਹੈ, ਮੈਨੂੰ ਪੜ੍ਹਨ ਦਾ ਸ਼ੌਂਕ ਹੈ ਅਤੇ ਦਿਮਾਗ ਦੇ ਵਿੱਚ ਰਹਿੰਦੀਆਂ ਨੇ ਕਿਤਾਬਾਂ ਦੇ ਰੰਗ ਵੀ ਯਾਦ ਹੁੰਦੇ ਆ, ਪੇਪਰ ਵੀ ਮੁੜੇ ਹੁੰਦੇ ਉਹਨਾਂ ਦੇ, ਮੈਂ ਕੋਈ ਸਵਾਲ ਵੀ ਹੁੰਦੇ ਨੇ। ਰੌਲਾ ਰੱਪਾ ਪਹਿਲਾਂ ਵੀ ਪਿਆ ਸੀ, ਅੱਜ ਤੋਂ ਕਾਫੀ ਵਰੇ ਪਹਿਲਾਂ, ਜਦੋਂ ਪਿੰਡ ਡ੍ਰੌਪ ਸਾਇਲੈਂਟ ਹੁੰਦੀ ਸੀ, ਕੋਈ ਸੋਸ਼ਲ ਨੈਟਵਰਕ ਮੀਡੀਆ ਨਹੀਂ ਸੀ, ਕੋਈ ਟੈਲੀਵਿਜ਼ਨ ਨਹੀਂ ਸੀ, ਰਾਤ ਨੂੰ ਨੌਰਥ ਅਮਰੀਕਾ ਦੇ ਵਿੱਚ ਇਕੱਲਾ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਆਉਂਦਾ ਸੀ, ਓਨਲੀ ਵਨ। ਮੈਂ 97 ਤੋਂ 99 ਦੀ ਗੱਲ ਕਰਦਾ ਉਸ ਸਮੇਂ ਦਰਮਿਆਨ। ਉਹਦੇ ਬਾਅਦ ਹੌਲੀ ਹੌਲੀ ਇੱਕ ਦੋ ਰੇਡੀਓ ਹੋਰ ਹੋਏ, ਰਾਤ ਨੂੰ ਤਾਂ ਪੰਜਾਬੀ ਦਾ ਪ੍ਰੋਗਰਾਮ ਇੱਕੋ ਸੀ ਨੌਰਥ ਅਮਰੀਕਾ ਦੇ ਵਿੱਚ, ਛੇ ਦਿਨ। ਜਦੋਂ ਮੈਂ ਇਹਦੇ ਬਾਰੇ ਜ਼ਿਕਰ ਕੀਤਾ ਸੀ ਕਿ ਮਾਸਟਰ ਤਾਰਾ ਸਿੰਘ ਦਾ ਸਿੱਖ ਕੌਮ ਨਾਲ ਵਿਸਾਕਾਤ, ਬੜੀ ਚਰਚਾ ਹੋਈ, ਬੜੀ ਲਾਲਾ ਲਾਲਾ ਹੋਈ, ਮੈਨੂੰ ਬੜੇ ਫੋਨ ਕਾਲਸ ਆਏ। ਮੈਂ ਕਿਹਾ ਜੀ ਮੈਂ ਕਿਤਾਬ ਦਾ ਨਾਂ ਹੀ ਲਿਆ, ਅਜੇ ਪੜ੍ਹ ਕੇ ਕੁਝ ਨਹੀਂ ਸੁਣਾਇਆ ਤੁਹਾਨੂੰ, ਵਿਦ ਬ੍ਰਿਸ਼ ਡਾਕੂਮੈਂਟਸ ਆਫ ਟ੍ਰਾਂਸਫਰ ਪਾਵਰ ਜਿਹੜੀ ਹੈ ਜੀ 1947 ਆ ਕਿਤਾਬ ਆ। ਅੱਜ ਗਾਂਧੀ ਭਗਤ ਬਹੁਤ ਵੱਡੀ ਤਾਦਾਦ ਦੇ ਵਿੱਚ ਬੀਜੇਪੀ ਦੇ ਸ਼ਾਮਿਲ ਹੋ ਗਏ ਨੇ, ਅਤੇ ਜਦੋਂ ਮੈਂ ਜ਼ਿਕਰ ਕੀਤਾ ਸੀਗਾ ਗਾਂਧੀ ਬੇਨਕਾਬ, ਉਦੋਂ ਮੈਂ ਮੈਨੂੰ ਕਹਿੰਦੇ ਤੇਰੇ ਲੱਤਾਂ ਵੱਢਣੀਆਂ, ਉਦੋਂ ਮੇਰੇ ਕੋਲ ਟੈਲੀਵਿਜ਼ਨ ਨਹੀਂ ਸੀ ਹੈਗਾ, ਮੈਂ ਕਿਤਾਬ ਦਾ ਨਾਂ ਹੀ ਲਿਆ ਸੀ, ਕੋਈ ਜ਼ਿਕਰ ਚੱਲਦਾ ਪਿਆ ਸੀਗਾ 2 ਅਕਤੂਬਰ ਦਾ, ਅਤੇ ਮੈਂ ਕਿਹਾ ਜੀ ਵੇਖੋ ਕਿੱਡੀ ਵੱਡੀ ਦੇਣ ਆ, ਪਰ ਇੱਕ ਕਿਤਾਬ ਲਿਖੀ ਹੈ ਜਿਵੇਂ ਗਾਂਧੀ ਬੇਨਕਾਬ, ਇਹ ਹੈਗਾ ਜੀ ਹੰਸਰਾਜ ਰਹਿਬਰ, ਮਾਸਟਰ ਤਾਰਾ ਸਿੰਘ ਦਾ ਸਿੱਖ ਕੌਮ ਨਾਲ ਵਿਸਾਕਾਤ, ਇਹ ਰਾਮ ਸਿੰਘ ਹੁਣਾਂ ਦਾ। ਇਹ ਕਿਤਾਬਾਂ ਨਾ ਮੇਰੇ ਆਲੇ ਦੁਆਲੇ ਪਈਆਂ ਹੁੰਦੀਆਂ, ਜਦੋਂ ਤੁਸੀਂ ਆਉਣਾ ਹੀ ਆ ਤੁਸੀਂ ਇੱਥੇ ਘੁੰਮਣ ਫਿਰਨ, ਅਤੇ ਕੁਛ ਚੀਜ਼ਾਂ ਮੇਰੇ ਆਲੇ ਦੁਆਲੇ ਪਈਆਂ ਹੁੰਦੀਆਂ ਨੇ, ਉਹਨਾਂ ਦੇ ਰੰਗ ਦਾ ਵੀ ਪਤਾ, ਕਲਰ ਦਾ ਵੀ, ਕਿਤਾਬਾਂ ਦਾ ਪਤਾ ਵੀ ਕਿੱਥੇ ਕਿੱਥੇ ਕੀ ਲਿਖਿਆ, ਕੁਛ ਯਾਦ ਸ਼ਕਤੀ ਇਹੋ ਜਿਹੀ ਆ, ਟੱਚਵੁੱਡ ਬਾਬੇ ਦੀ ਦੇਣ ਆ ਜੀ। ਅਤੇ ਇਹ ਜਿਹੜੀ ਤੁਸੀਂ ਗੱਲ ਕਹੀ ਆ, ਹੋ ਸਕਦਾ ਉਹਦੇ ਵਿੱਚ ਸੱਚਾਈ ਹੋਵੇ, ਹੋ ਸਕਦਾ ਨਾ ਸੱਚਾਈ ਹੋਵੇ, ਪਰ ਸਾਡਾ ਜਿਹੜਾ ਮਸਲਾ ਹੈ ਉਹ ਹੈ ਕਿ ਲੋਕ ਹੌਲੀ 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 ਜਿਹੜਾ ਹੈ ਭੁੱਲਦੇ ਜਾ ਰਹੇ ਨੇ, ਕਈਆਂ ਨੂੰ ਤਾਂ ਨੌਜਵਾਨ ਜਨਰੇਸ਼ਨ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਮਾਸਟਰ ਤਾਰਾ ਸਿੰਘ ਦਾ ਪੰਥ ਲਈ ਕੀ ਦੇਣ ਹੈ, ਪੰਥ ਲਈ ਕੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਕਿਹੜੇ ਪਰਿਵਾਰ ਦੇ ਵਿੱਚੋਂ ਸੀਗਾ, ਹੈ ਨਾ। ਸੋ ਤੁਸੀਂ ਆਪਣੀ ਥਾਂ 'ਤੇ ਜਿਹੜੀ ਸਟੋਰੀ ਦੱਸੀ ਹੈ ਬਹੁਤ ਵਧੀਆ, ਧੰਨਵਾਦ ਤੁਹਾਡਾ। 9058131320 ਕਿਤੇ ਪੜ੍ਹ ਕੇ ਸੁਣਾਵਾਂਗੇ ਤੁਹਾਨੂੰ, ਕਿਉਂਕਿ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਜਿੰਦਾ ਹੈ, ਉਹਨਾਂ ਨੂੰ ਚਾਹੀਦਾ ਸੀ ਇਸ ਕਿਤਾਬ ਨੂੰ ਚੈਲੇਂਜ ਕਰਨਾ, ਜਿਵੇਂ ਮਲੋਏ ਕ੍ਰਿਸ਼ਨ ਧਰ ਨੇ ਓਪਨ ਸੀਕਰਟ ਖੁੱਲ੍ਹੇ ਭੇਦ ਲਿਖ ਕੇ ਬੜਾ ਕੁਝ ਬਾਹਰ ਕੱਢਿਆ, ਇਵੇਂ ਇਹ ਵੀ ਉਹਨਾਂ ਨੂੰ ਚਾਹੀਦਾ ਸੀਗਾ ਵੀ ਇਹਦਾ ਵਿਰੋਧ ਕਰਦੇ, ਕਿਤਾਬ ਦਾ ਵਾਪਸ ਹੁੰਦੀ, ਪਰ ਖੁਸ਼ਕਿਸਮਤੀ ਦੇ ਨਾਲ ਮੇਰੇ ਕੋਲ ਹੈਗੀ ਆ, ਪੜ੍ਹਾਂਗੇ ਕਿਸੇ ਦਿਨ। ਕੁਝ ਪੰਨੇ ਪੜ੍ਹ ਕੇ ਵੀ ਸੁਣਾਏ ਸੀ ਉਦੋਂ ਕਿ ਕੀ ਕਾਰਨ ਸੀ ਮਾਸਟਰ ਤਾਰਾ ਸਿੰਘ ਦਾ ਕੌਮ ਦੇ ਨਾਲ ਵਿਸਾਖ ਕਰਦਾ। ਕਿਤਾਬ ਦੇ ਹਵਾਲੇ ਨਾਲ ਕਹਿ ਰਿਹਾ ਜੀ, ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ ਕਰ ਰਿਹਾ। ਹਾਂਜੀ ਜੀ ਅੰਕਿਤਾ ਜੀ, ਇੰਡੀਆ ਗੱਠਜੋੜ ਸੰਵਿਧਾਨ ਦੀਆਂ ਕਾਪੀਆਂ ਲੈ ਕੇ ਸਦਨ ਪਹੁੰਚਿਆ ਔਰ ਕਾਫੀ ਜ਼ਿਆਦਾ ਜਿਹੜਾ ਹੈਗਾ ਇਸ ਉੱਤੇ ਇੱਕ ਕੰਟਰੋਵਰਸੀ ਔਰ ਗੱਲਬਾਤ ਚਰਚਾ ਦੇ ਵਿੱਚ ਚੱਲੀ, ਤੁਸੀਂ ਕੀ ਕਹਿਣਾ ਚਾਹੋਗੇ? ਕੱਲ੍ਹ ਸ਼ੁਰੂ ਹੋ ਗਿਆ ਜੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਜੀ। ਦੇਖੋ ਉਹਦੇ ਉਸ ਟਾਈਮ ਰੌਲਾ ਤਾਂ ਪੈਣਾ ਸੀਗਾ, ਪਹਿਲਾ ਸੈਸ਼ਨ ਸੀਗਾ, ਪਹਿਲਾ ਤਾਂ ਰੌਲਾ ਇਹ ਪੈ ਗਿਆ ਕਿ ਜਿਹੜਾ ਪ੍ਰੋਟੇਮ ਸਪੀਕਰ ਬਣਾਇਆ ਜੀ ਉਹ ਭਰਤ ਹਰੀ ਮਹਿਤਾ, ਭਰਤ ਹਰੀ ਮਹਿਤਾਬ ਜਿਹੜਾ ਹੈਗਾ ਉਹ ਰਜੇਸ ਜਿਹੜਾ ਸੁਰੇਸ਼ ਸੀ ਕਾਂਗਰਸ ਦਾ, ਉਹਨੇ 8 ਵਾਰੀ ਐਮ ਪੀ ਬਣਿਆ ਹੋਇਆ ਜੀ ਉਹ, ਅਤੇ ਭਰਤ ਹਰੀ 7 ਵਾਰ ਬਣਿਆ ਹੋਇਆ। ਅਸਲ 'ਚ ਪ੍ਰੋਟੇਮ ਸਪੀਕਰ ਦਾ ਬਣਨ ਦਾ ਇੱਕ ਤਰੀਕਾ ਹੁੰਦਾ ਕਿ ਪ੍ਰੋਟੇਮ ਸਪੀਕਰ ਅਸਲ 'ਚ ਚਾਵਲਾ ਸਾਹਿਬ ਉਹ ਹੁੰਦਾ ਜਿਹੜਾ ਕਿ ਸਹੁੰ ਚੁਕਾਉਂਦਾ ਹੁੰਦਾ ਨਾ ਜੀ, ਸਪੀਕਰ ਸਪੀਕਰ ਸਹੁੰ ਚੁਕਾਉਂਦਾ ਹੁੰਦਾ ਉਹਦਾ, ਉਹ ਉਹਨੇ ਸਿਰਫ 1-2 ਦਿਨ ਦਾ ਕੰਮ ਨਿਭਾਉਣਾ ਹੁੰਦਾ, ਅਤੇ ਉਹ ਸਭ ਤੋਂ ਸੀਨੀਅਰ ਐਮ ਪੀ ਹੁੰਦਾ ਜਿਹੜਾ ਬਣਦਾ ਹੁੰਦਾ, ਉਹ ਸੀਨੀਅਰ ਦੀ ਥਾਂ 'ਤੇ ਉਹਨਾਂ ਨੇ ਇੱਕ ਸੁਰੇਸ਼ ਦੀ ਥਾਂ 'ਤੇ ਉਹਨਾਂ ਨੇ ਭਰਤ ਹਰੀ ਬਣਾ ਤਾ, ਜਿਸ ਕਰਕੇ
ਆ ਗਿਆ ਤੁਸੀਂ ਵੀ ਸਪੀਕਰ ਚੁਣਨ ਵੇਲੇ ਇਹ ਬੇਇਨਸਾਫੀ ਕਰ ਰਹੇ ਹੋ ਭਾਰਤ ਦੀ ਸਦਨ ਨਾਲ, ਹੋਰ ਬਾਕੀ ਕੀ ਕਰੋਗੇ, ਰੌਲਾ ਪੈ ਗਿਆ। ਉਹ ਉੱਥੇ ਪ੍ਰੋਟੈਸਟ ਹੋਇਆ ਮਹਾਤਮਾ ਗਾਂਧੀ ਦੇ ਬੁੱਤ ਕੋਲ ਜਾ ਕੇ, ਉੱਥੇ ਰੌਲਾ ਪਾਵਾ ਪਿਆ, ਪ੍ਰੋਟੈਸਟ ਕੀਤਾ ਉਹਨਾਂ ਨੇ। ਅਤੇ ਉਸ ਤੋਂ ਬਾਅਦ ਨੀਟ ਦੀ ਗੱਲ ਸੀਗੀ, ਨੀਟ ਦੇ ਮਾਮਲੇ ਵਿੱਚ ਕੱਲ੍ਹ 25 ਬੰਦੇ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਜਿਹੜਾ ਮੁਖੀ ਹੈਗਾ ਉਹਦਾ, ਜਿਹੜਾ ਮੁਖੀ ਹੈਗਾ ਜੀ ਨੀਟ ਦੇ ਮੁਲਜ਼ਮਾਂ ਦੇ ਵਿੱਚ ਮੁਖੀ ਹੈਗਾ, ਮੁਖੀ ਆ ਉਹਦਾ ਨਾਮ, ਮੁਖੀ ਆ ਉਹ ਬੰਦੇ ਦੇ ਨਾਲ ਨਿਤੀਸ਼ ਕੁਮਾਰ ਦੀਆਂ ਫੋਟੋਆਂ ਵਾਇਰਲ ਹੋ ਗਈਆਂ, ਇਸ ਕਰਕੇ ਵਾਹਵਾ ਰੌਲਾ ਪਿਆ ਕੱਲ੍ਹ ਵੀ। ਤੁਸੀਂ ਨੀਟ ਦੇ ਸੰਬੰਧ ਵਿੱਚ ਜਿਹੜਾ ਕਿ ਧਰਮਿੰਦਰ ਪ੍ਰਧਾਨ ਹੈਗਾ ਸਿੱਖਿਆ ਮੰਤਰੀ, ਉਹ ਰਿਜ਼ਾਇਨ ਕਰੇ, ਅਸਤੀਫਾ ਦੇਵੇ, ਕੱਲ੍ਹ ਇਹ ਵੀ ਔਖਾ ਹੋਇਆ। ਅਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹ ਆਖੀ ਜਾਂਦੇ ਆ ਕਿ ਜੀ ਜਿਹੜਾ ਵਿਰੋਧੀ ਧਿਰ ਹੈਗੀ ਆ ਜੀ ਉਹ ਸਾਰਥਕ ਕਦਮ ਚੁੱਕੇ, ਅਤੇ ਅੱਛੀ ਵਿਰੋਧੀ ਧਿਰ ਚਾਹੀਦੀ ਆ ਸਾਨੂੰ ਜਿਹੜੀ ਕਿ ਸਦਨ ਦੇ ਵਿੱਚ ਚੰਗਾ ਮਾਹੌਲ ਰੱਖੇ, ਚੰਗਾ ਸਿਰਜੇ। ਹਮੇਸ਼ਾ ਸਰਕਾਰ ਚਾਹੁੰਦੀ ਹੁੰਦੀ ਆ ਚੰਗਾ ਮਾਹੌਲ, ਜੇ ਉਹਨਾਂ ਵਾਸਤੇ ਕੋਈ ਗੱਲ ਉਹ ਜੋ ਮਰਜ਼ੀ ਕਰਨ, ਅਤੇ ਵਿਰੋਧੀ ਧਿਰ ਚੁੱਪ ਰਹੇ ਤਾਂ ਮੋਦੀ ਜੀ ਵੀ ਚੁੱਪ ਰਹਿਣਗੇ, ਸ਼ਾਂ ਕਹਿਣਗੇ ਵਿਰੋਧੀ ਧਿਰ ਬੜੀ ਸਿਆਣੀ ਆ, ਬੜੀ ਵਧੀਆ ਹੈਗੀ, ਉਹ ਮੁੱਦੇ ਚੁੱਕਦੀ ਆ। ਵੀ ਵਿਰੋਧੀ ਧਿਰ ਦਾ ਕੰਮ ਹੈ ਲੋਕ ਮੁੱਦੇ ਚੁੱਕਣਾ, ਲੋਕਾਂ ਦੀ ਗੱਲ ਕਰਨਾ, ਬੇਇਨਸਾਫੀ ਸੰਵਿਧਾਨ ਦੀ ਗੱਲ ਕਰਨਾ। ਜੇ ਉਹ ਕਰਨਗੇ ਸੰਵਿਧਾਨ ਦੀ ਗੱਲ, ਤਾਂ ਮੋਦੀ ਜੀ ਕਹਿਣਗੇ ਸਾਰਥਕ ਭੂਮਿਕਾ ਨਹੀਂ ਨਿਭਾ ਰਹੀ। ਕੱਲ੍ਹ ਵੀ ਮੋਦੀ ਜੀ ਨੇ ਇੱਦਾਂ ਹੀ ਆਖਿਆ ਚਾਵਲਾ ਸਾਹਿਬ। ਇੱਕ ਲੜਕੀ ਆਉਂਦੀ ਹੈ ਯੋਗ ਡੇ ਤੋਂ ਇੱਕ ਦਿਨ ਪਹਿਲਾਂ ਗੁਜਰਾਤ ਤੋਂ, ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸਿੱਖਾਂ ਦਾ ਪਾਵਨ ਪਵਿੱਤਰ ਅਸਥਾਨ ਹੈ, ਉੱਥੇ ਆ ਕੇ ਜਿਹੜੀਆਂ ਵਰਜਿਤ ਚੀਜ਼ਾਂ ਨੇ ਸਿੱਖ ਧਰਮ ਦੇ ਵਿੱਚ ਜਿਨ੍ਹਾਂ ਦੀ ਮਨਾਹੀ ਹੈ, ਬਾਣੀ ਵੀ ਵਿਰੋਧਤਾ ਕਰਦੀ ਇਸ ਚੀਜ਼ ਦੀ, ਪਰ ਕਹਿਣ ਵਾਲੇ ਤਾਂ ਕਹਿਣਗੇ ਕਿ ਬਾਣੀ ਦੇ ਵਿੱਚ ਸ਼ਾਇਦ ਇਸ ਨੂੰ ਮਾਨਤਾ ਹੈ, ਪਰ ਨਹੀਂ, ਤੱਥਾਂ ਦੇ ਆਧਾਰ 'ਤੇ ਜਦੋਂ ਗੱਲ ਕਰੋ ਤਾਂ ਬਹੁਤ ਕੁਝ ਇਹੋ ਜਿਹਾ ਬਾਣੀ ਦੇ ਵਿੱਚ ਲਿਖਿਆ, ਜਿਹੜਾ ਮੈਂ ਇੱਕ ਆਰਟੀਕਲ 2 ਸੁਣਾਉਣੇ ਨੇ ਅਗਲੇ ਹਿੱਸੇ ਦੇ ਵਿੱਚ ਖਬਰਾਂ ਦੀ ਥਾਂ 'ਤੇ, ਉਹਦੇ ਵਿੱਚ ਉਜਾਗਰ ਹੋਵੇਗਾ। ਸ੍ਰੀ ਦਰਬਾਰ ਸਾਹਿਬ ਵਿੱਚ ਯੋਗ ਕਰਨ ਵਾਲੀ ਗੁਜਰਾਤ ਦੀ ਇਹ ਸੋਸ਼ਲ ਮੀਡੀਆ ਚਰਚਿਤ ਹੈ ਅਰਚਨਾ ਮਕਵਾਨਾ। ਇਹ ਹੁਣ ਤਸਵੀਰਾਂ ਇਹਦੀਆਂ ਜਿਹੜੀਆਂ ਨੇ ਉਹ ਕਿਸੇ ਹੋਰ ਪਾਸੇ ਇਸ਼ਾਰਾ ਕਰਦੀਆਂ ਨੇ। ਕੰਗਣਾ ਰਣੌਤ ਨਾਂ ਦੀਆਂ ਤਸਵੀਰਾਂ ਨੇ, ਬੀਜੇਪੀ ਦੀ ਇਹ ਕਾਰਕੁਨ ਹੈ, ਔਰ ਸੋਸ਼ਲ ਨੈਟਵਰਕ ਮੀਡੀਆ 'ਤੇ ਕੱਲ੍ਹ ਤੱਕ ਤਾਂ ਇਹਦੇ ਕੋਈ ਇੰਨੇ ਫੋਲੋਵਰਸ ਨਹੀਂ ਸੀਗੇ, ਪਰ ਹੁਣ ਇਸ ਨੂੰ ਫੋਲੋਵਰਸ ਹੀ ਫੋਲੋਵਰਸ ਮਿਲ ਜਾਣੇ ਨੇ, ਕੰਮ ਵੀ ਚੰਗਾ ਪੈਣਾ ਇਹਦਾ, ਮਾਫ਼ੀ ਵੀ ਕੱਲ੍ਹ ਇਹਨੇ ਮੰਗ ਲਈ। ਪਰ ਗੁਜਰਾਤ ਸਰਕਾਰ ਨੇ ਇੱਕ ਚੰਗਾ ਕੰਮ ਕੀਤਾ ਕਿ ਇਹਨੂੰ ਸੁਰੱਖਿਆ ਦੇ ਦਿੱਤੀ ਹੈ, ਤਾਂ ਕਿ ਇਹਦਾ ਨੁਕਸਾਨ ਕੋਈ ਨਾ ਹੋਵੇ। ਹੁਣ ਨੁਕਸਾਨ ਜੇ ਹੁੰਦਾ ਤਾਂ ਉਹਦੇ ਨਾਲ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੌਮ ਦੀ ਬਦਨਾਮੀ ਹੁੰਦੀ ਹੈ। ਮੈਂ ਤਾਂ ਸਵੇਰੇ ਵੀ ਇਹਨੂੰ ਕਿਹਾ ਸੀਗਾ, ਇਹ ਕਹਿੰਦੀ ਕਿ ਮੇਰੀ ਤਸਵੀਰ ਵੀ ਇੱਕ ਸਿੱਖ ਨੇ ਖਿੱਚੀ ਹੈ। ਪਹਿਲੀ ਗੱਲ ਤਾਂ ਸਿੱਖ ਹੋ ਹੀ ਨਹੀਂ ਸਕਦਾ ਜੇ ਤੇਰੀ ਤਸਵੀਰ ਉਹਦੇ ਖਿੱਚੀ ਨਹੀਂ, ਤੇਰੇ ਪਿਆਰ ਨਾਲ ਸਿਰ 'ਤੇ ਪਲੋਸਦਾ ਵੀ ਬੱਚਾ ਇਹ ਕੰਮ ਇੱਥੇ ਸੋਭਾ ਨਹੀਂ ਦਿੰਦਾ, ਜਾਂ ਉਹ ਅਣਜਾਣ ਹੋਊਗਾ ਅਤੇ ਉਹਨੂੰ ਤੇਰੀ ਤਸਵੀਰ ਖਿੱਚੀ ਯੋਗਾ ਕਰਦੀ ਦੀ, ਲੱਤਾਂ ਵੀ ਜਿਹੜੀਆਂ ਤੂੰ ਤਾਂ ਉਹਨੂੰ ਕਰਕੇ ਯੋਗਾ ਕੀਤਾ, ਉੱਥੇ ਕੋਈ ਤੈਨੂੰ ਥੱਪੜ ਮਾਰ ਦਿੰਦਾ ਜਾਂ ਤੇਰਾ ਕੋਈ ਨੁਕਸਾਨ ਕਰ ਦਿੰਦਾ, ਫਿਰ ਵੀ ਕੌਮ ਦਾ ਨੁਕਸਾਨ ਹੋਣਾ ਸੀ ਬਾਹਰ ਬੈਠਿਆਂ ਦਾ। ਜਿਵੇਂ ਹੁਣ ਕੰਗਣਾ ਨੌ ਦੇ ਥੱਪੜ ਤੋਂ ਬਾਅਦ ਜਿਹਨਾਂ ਨੂੰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਗਏ ਸੀਗੇ ਹਿਮਾਚਲ, ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਕੀ ਕਸੂਰ ਹੈ। ਹੁਣ ਗੁਜਰਾਤ ਸਰਕਾਰ ਨੇ ਇਹਨੂੰ ਦੇ ਦਿੱਤੀ ਹੈ ਜੀ ਸੁਰੱਖਿਆ, ਬਹੁਤ ਵਧੀਆ ਕੰਮ, FIR ਦਰਜ ਹੋਈ ਹੈ। ਪਰ ਜਹੇਦਾਰ ਸਾਹਿਬ ਦਾ ਵੀ ਬਿਆਨ ਆਇਆ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਧਾਨ ਆਇਆ, ਕੀ ਕਹਿਣਾ ਚਾਹੋਗੇ? ਅਤੇ ਇੱਕ ਹੋਰ ਮੈਂ ਕਹਿ ਦਵਾਂ ਕਿ ਇਹਨੂੰ ਜਿਹੜੀ ਧਮਕੀ ਦਿੱਤੀ ਹੈ ਨਾ, ਉਹ ਬੇਹੂਦਾ ਧਮਕੀ ਹੈ ਕਿ ਰੇਪ ਕਰਨ ਵਾਲੀ, ਮੈਨੂੰ ਲੱਗਦਾ ਵੀ ਕ੍ਰੀਏਟ ਹੀ ਅਸੀਂ ਸਿੱਖ, ਉਹ ਸਿੱਖ ਹੋ ਹੀ ਨਹੀਂ ਸਕਦਾ ਜਿਹੜਾ ਕਿਸੇ ਧੀ ਭੈਣ ਨੂੰ ਉਹ ਇਸ ਤਰ੍ਹਾਂ ਦੀ ਧਮਕੀ ਦੇਵੇ। ਹਾਂ, ਗੁੱਸੇ ਦੇ ਵਿੱਚ ਆ ਕੇ ਕੋਈ ਉੱਦਾਂ, ਮਤਲਬ ਜੇ ਤੂੰ ਗਲਤੀ ਕੀਤੀ ਆ ਤਾਂ ਤੈਨੂੰ ਕੋਈ ਧਮਕੀ ਦੇ ਦੇਵੇ, ਗੱਲ ਵੱਖਰੀ ਹੈ, ਪਰ ਰੇਪ ਵਾਲੀ ਗੱਲ ਦੇ ਉੱਤੇ ਤਾਂ ਮੈਨੂੰ ਲੱਗਦਾ ਵੀ ਸੀਨ ਕ੍ਰੀਏਟ ਹੀ ਕੀਤਾ ਜਾ ਰਿਹਾ ਬਦਨਾਮ ਕਰਨ ਵਾਸਤੇ, ਕੀ ਕਹਿਣਾ ਚਾਹੋਗੇ? ਨਹੀਂ, ਇਹ ਅਸਲ 'ਚ ਕੁੜੀ ਜਿਹੜੀ ਹੈਗੀ ਹੈ ਨਾ ਜੀ, ਇਹ ਕਾਫੀ ਐਕਟਿਵ ਹੈ,
ਤੇ ਕਾਫੀ ਮਰ ਕੇ ਬਹੁਤ ਕਲੈਵਰ ਕੁੜੀ ਆ ਇਹ, ਜਿਹੜਾ ਇੱਕ ਪੱਖ ਹੈ ਬਹੁਤ ਕਲੈਵਰ ਕੁੜੀ ਆ, ਉਹਨੇ ਆਉਂਦੀ ਆ ਤੇ ਆ ਕੇ ਉਹ ਉੱਥੇ ਯੋਗਾ ਕਰਕੇ ਤੇ ਫੋਟੋਆਂ ਖਿਚਾ ਕੇ ਤੁਰ ਪੈਂਦੀ ਆ, ਤੇ ਉਹ ਬਾਅਦ ਚ ਰੌਲਾ ਪੈਂਦਾ ਤੇ ਉਹ ਧਮਕੀਆਂ ਮਿਲਣ ਲੱਗ ਜਾਂਦੇ ਨੇ ਉਹਨੂੰ, ਤੇ ਬੜਾ ਲੋਕ ਵੀ ਮੈਨੂੰ ਤਾਂ ਰੇਪ ਕਹਿਣ ਦੀ ਤਾਂ ਉਹਨੇ ਉਹ ਉੱਥੇ ਜਦੋਂ ਰੇਪ ਦੀ ਗੱਲ ਆਉਂਦੀ ਆ ਤਾਂ ਬੜੀ ਦਿੱਕਤ ਆਉਂਦੀ ਆ। ਗੁਰਚਰਨ ਸਿੰਘ ਗਰੇਵਾਲ ਕਹਿ ਜਾਂਦਾ ਕਿ ਜੀ ਕੁੜੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ, ਤੇ ਗਲਤ ਗੱਲ ਆ ਵੀ ਇਹ ਧਮਕੀਆਂ ਦੇਣ ਵਾਲੇ ਲੋਕ ਸਿੱਖ ਇਹੋ ਜਿਹੇ ਨਹੀਂ ਕਦੇ ਹੋ ਸਕਦੇ ਜਿਹੜੇ ਕੀ ਕਹਿਣ ਵੀ ਤੇਰਾ ਰੇਪ ਕਰਾਂਗੇ, ਸਿੱਖ ਕਦੇ ਨਹੀਂ ਇੱਦਾਂ ਦਾ ਹੋ ਸਕਦਾ, ਸਿੱਖ ਤਾਂ ਧੀ ਭੈਣ ਹੈ ਜਿਹਦੇ ਬਚਾਉਣ ਵਾਲਾ ਬੰਦਾ। ਇੱਕ ਤਾਂ ਇੱਕ ਪੱਖ ਹੈ ਚਲੋ, ਤੁਸੀਂ ਸਾਰਾ ਪੱਖ ਦੱਸਤਾ ਇੱਕ, ਇਹ ਮੈਂ ਇਹਨੂੰ ਦੁਬਾਰਾ ਨਹੀਂ ਦੁਹਰਾਵਾਂਗਾ, ਇੱਕ ਪੱਖ ਇਹਦਾ ਹੋਰ ਵੀ ਆ। ਉਹ ਦੂਜਾ ਪੱਖ ਇਹ ਹੈ ਚਾਵਲਾ ਸਾਹਿਬ ਕਿ ਦਰਬਾਰ ਸਾਹਿਬ ਦੀ ਇੱਕ ਮਰਿਆਦਾ ਹੈਗੀ ਆ, ਉਹ ਮਰਿਆਦਾ 1930 'ਚ ਬਣੀ ਸੀ, 1930 ਤੋਂ ਬਾਅਦ ਅਸੀਂ ਚੱਲਦੇ ਉਸੇ ਮਰਿਆਦਾ ਚੱਲਦੇ ਆ ਰਹੇ ਹਾਂ, ਉਹਦੀ ਕੋਈ ਸੋਧ ਨਹੀਂ ਕੀਤੀ, ਜਦੋਂ ਕੁਛ ਨਹੀਂ ਕੀਤਾ ਗਿਆ। ਚਲੋ ਇਹ ਉਹਨਾਂ ਦੀ ਮਰਜ਼ੀ ਆ। ਇੱਕ ਗੱਲ ਬੜੀ ਅਹਿਮ ਆ ਕਿ ਜਦੋਂ ਰਾਹੁਲ ਗਾਂਧੀ ਉੱਥੇ ਗਿਆ ਸੀਗਾ ਤੇ ਉਸ ਨੂੰ ਮਰਿਆਦਾ ਬਾਰੇ ਦੱਸਣ ਵਾਲੇ ਕੌਣ ਲੋਕ ਸੀਗੇ, ਤੇ ਉਹ ਮਰਿਆਦਾ ਵਿੱਚ ਰਹਿ ਕੇ ਸਾਰਾ ਕੰਮ ਕਰਕੇ ਆਇਆ ਉੱਥੇ। ਤੇ ਜਦੋਂ ਇਹ ਕੁੜੀ ਜਾਂਦੀ ਆ ਉੱਥੇ ਤਾਂ ਉਦੋਂ ਹਰ 15-20 ਕਦਮਾਂ ਤੇ ਖੜਾ ਹੋਇਆ ਇੱਕ ਬਰਸੇ ਵਾਲਾ ਸਿੱਖ, ਉਹ ਖੜਾ ਉੱਥੇ ਕਿ ਉਹ ਨਜ਼ਰ ਨਹੀਂ ਆਈ ਇਹ ਕੁੜੀ, ਇਹ ਕੁੜੀ ਨੂੰ ਫਰਜ਼ ਕਰ ਲਓ ਵੀ ਮਰਿਆਦਾ ਨਹੀਂ ਪਤਾ ਹੈਗੀ, ਉਹ ਕੁੜੀ ਜਦੋਂ ਕਰਨ ਲੱਗੀ ਯੋਗ, ਉਹ ਬੰਦੇ ਕਿੱਥੇ ਗਏ ਸੀ ਉੱਥੇ? ਉਹ ਬੰਦਿਆਂ ਨੇ ਕਿਉਂ ਨਹੀਂ ਉਸ ਕੁੜੀ ਨੂੰ ਨਾਲ ਦਿਆਂ ਰੋਕਿਆ ਕਿ ਭਾਈ ਤੂੰ ਕੀ ਕਰਨ ਲੱਗੀ ਆ, ਤੂੰ ਇਹ ਤਾਂ ਭਾਈ ਸਾਡੇ ਦਰਬਾਰ ਸਾਹਿਬ 'ਚ ਹੈ ਹੀ ਨੀਗਾ। ਉਹ ਮਰਿਆਦਾ ਦੇ ਰੱਖਣ ਵਾਲੇ ਕੌਣ, ਉਹ ਲੋਕ ਕੌਣ ਨੇ ਉੱਥੇ ਜਿਹੜੇ ਖੜੇ ਨੇ? ਕਿੰਨੀ ਤਨਖਾਹ ਜਾ ਰਹੀ ਆ, ਕਿੰਨਾ ਬਜਟ? 40% ਬਜਟ ਤੇ ਤਨਖਾਹਾਂ ਤੇ ਜਾ ਰਿਹਾ ਸ਼੍ਰੋਮਣੀ ਕਮੇਟੀ ਦਾ, 40% ਬਜਟ ਜਿਹੜਾ ਉਹ ਤਨਖਾਹਾਂ ਤੇ ਜਾ ਰਿਹਾ, ਬਿਨਾਂ ਉਹ ਜਦ ਉਹ ਰੱਖੇ ਵੀ ਇੰਨੇ ਬਾਅਦ ਨੇ ਮੁਲਾਜ਼ਮ ਉੱਥੇ, ਇੰਨੇ ਮੁਲਾਜ਼ਮ ਰੱਖੇ ਪਏ ਨੇ, ਕੋਈ ਅੰਤ ਹੀ ਨਹੀਂ ਹੈਗਾ। ਉਹ ਮੁਲਾਜ਼ਮ ਕਾਹਦੇ ਵਾਸਤੇ ਨੇ ਉੱਥੇ ਜੀ? ਇੱਕ ਉੱਥੇ ਸਾਡਾ ਸੈਂਟਰ ਬਣਿਆ ਹੋਇਆ, ਇਨਫੋਰਮੇਸ਼ਨ ਸੈਂਟਰ ਬਣਿਆ ਉੱਥੇ, ਪਹਿਲਾਂ ਉੱਥੇ ਜਿਹੜੇ ਕਿ ਲੋਕ ਬਾਹਰੋਂ ਆਉਂਦੇ ਆ, ਪਹਿਲਾਂ ਜਿਹੜੇ ਕਿ ਟੂਰਿਸਟ ਉੱਥੇ ਆਉਂਦੇ, ਟੂਰਿਸਟ ਬਹੁਤ ਆਉਂਦੇ ਆ ਸਾਡੇ ਦਰਬਾਰ ਸਾਹਿਬ ਦੇ ਵਿੱਚ। ਇਹ ਜਿਹੜਾ ਇਹ ਦਰਬਾਰ ਸਾਹਿਬ ਦੇ ਵਿੱਚ ਇਹ ਕੰਮ ਕੀਤਾ ਇਸ ਕੁੜੀ ਨੇ, ਇਹ ਟੂਰਿਸਟਾਂ ਦੇ ਅੱਗੇ ਅੰਕੁਸ਼ ਲਾਉਣ ਦੀ ਗੱਲ ਕੀਤੀ ਹੈ ਕੁੜੀ ਨੇ, ਪਰ ਸਾਡਾ ਵੀ ਤਾਂ ਫਰਜ਼ ਬਣਦਾ ਕਿ ਅਸੀਂ ਉਹਨੂੰ ਦੱਸੀਏ ਭਾਈ ਇਹ ਟੂਰਿਸਟ ਪੁਆਇੰਟ ਨਹੀਂ ਹੈਗਾ, ਇਹ ਇੱਕ ਧਾਰਮਿਕ ਸਾਡਾ ਸਿਸਟਮ ਹੈਗਾ, ਇਸ ਕਰਕੇ ਇਹਨੂੰ ਤੁਸੀਂ ਸੰਭਾਲੋ ਤੇ ਇੱਥੇ ਇੱਦਾਂ ਨਹੀਂ ਕਰਨਾ ਕਦੇ ਵੀ। ਤੇ ਬੇਸ਼ੱਕ ਸਾਡੇ ਇਹ ਗੱਲ ਉੱਠ ਰਹੀ ਹੈ ਜੀ ਮੁਸਲਮਾਨ ਉੱਥੇ ਨਮਾਜ਼ ਪੜ੍ਹ ਜਾਂਦੇ ਆ, ਮੁਸਲਮਾਨ ਨਮਾਜ਼ ਪੜ੍ਹ ਜਾਂਦੇ ਆ ਕਿ ਇੱਕ ਵੱਖਰਾ ਕਨਸੈਪਟ ਹੈਗਾ, ਪਰ ਤੁਸੀਂ ਇੱਦਾਂ ਯੋਗ ਕਰਕੇ ਸਾਡੇ ਉਹਦੇ ਵਿੱਚ ਯੋਗਾਂ ਨਾਲ, ਸਾਡੇ ਯੋਗ ਸਿੱਖ ਧਰਮ ਵਿੱਚ ਨਹੀਂ ਹੈਗਾ, ਨਾ ਹੀ ਇੱਥੇ ਕੁੰਡਲੀਆਂ, ਨਾ ਹੀ ਇੱਥੇ ਕੋਈ ਨਾੜੀਆਂ ਦੀ ਗੱਲ ਹੁੰਦੀ ਹੈ, ਸਾਡੇ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ। ਪਰ ਲਾਜ਼ਮੀ ਤੌਰ 'ਤੇ ਤੁਹਾਨੂੰ ਸੋਚਣਾ ਹੋਏਗਾ ਕਿ ਜਿਹੜੇ ਬੰਦੇ ਉੱਥੇ ਡਿਊਟੀ ਕਰ ਰਹੇ ਸੀਗੇ ਉਹਨਾਂ ਡਿਊਟੀ ਨਹੀਂ ਕੀਤੀ ਆਪਣੀ, ਇਸ ਕਰਕੇ ਘਰ ਸਸਪੈਂਡ ਕਰਤੇ ਗਏ 5 ਬੰਦੇ, ਪਰ ਉਹ ਕਿਉਂ ਨਹੀਂ ਡਿਊਟੀ ਕਰਦੇ ਆਪਣੀ? ਇਹ ਨਵੇਂ ਬੰਦੇ ਆਉਂਦੇ ਆ, ਕੋਈ ਗੁਜਰਾਤ ਤੋਂ ਆਉਂਦਾ, ਕੋਈ ਬਾਹਰੋਂ ਆਉਂਦਾ, ਕੋਈ ਕੋਈ ਮਹਾਰਾਸ਼ਟਰ ਤੋਂ ਆਉਂਦਾ, ਉਹਨਾਂ ਬੰਦਿਆਂ ਨੂੰ ਕਿਉਂ ਨਹੀਂ ਉਹ ਸਮਝਾਉਂਦੇ ਕਿ ਭਾਈ ਇੱਥੇ ਭਾਈ ਇਹ ਇੱਕ ਧਾਰਮਿਕ ਸਮੁੰਦਰ ਹੈਗਾ, ਇੱਕ ਅਧਿਆਤਮਵਾਦ ਦਾ ਸਮੁੰਦਰ ਹੈਗਾ, ਇੱਥੇ ਕੋਈ ਇਹੋ ਜਿਹੀ ਹਰਕਤ ਨਹੀਂ ਕਰਨੀ ਜਿਹੜੀ ਕਿ ਮਰਿਆਦਾ ਦੇ ਉਲਟ ਹੋਵੇ। ਚਾਵੜਾ ਸਾਹਿਬ ਬਹੁਤ ਵਧੀਆ ਤੁਸੀਂ ਆਪਣਾ ਜਿਹੜਾ ਹੈ ਗੱਲ ਕੀਤੀ ਹੈ। ਜਸਟ ਮੈਚ 5 ਸੈਕਿੰਡ ਦਾ ਜਿਹੜਾ ਹੈ ਇਹ ਕਲਿੱਪ ਹੈ, ਬੀਬੀ ਬੜੀ ਸ਼ਾਤਰ ਤਰੀਕੇ ਦੇ ਨਾਲ, ਚਲਾਕ ਤਰੀਕੇ ਦੇ ਨਾਲ ਆਈ ਹੈ, ਉਹਦੇ ਨਾਲ ਬਕਾਇਦਾ ਕੋਈ ਨਾ ਕੋਈ ਬੰਦਾ ਹੈਗਾ, ਇੱਕ ਟੀਮ ਵਰਕ ਹੈ ਇਹਨਾਂ ਦਾ ਮੈਂ ਕਹਾਂਗਾ। ਉਹਨਾਂ ਨੇ ਖੰਗਾਲਿਆ ਕਿ ਇਹ ਮੱਥਾ ਵੀ ਨਹੀਂ ਟੇਕਿਆ ਇਹਨੇ, ਸਿਰਫ ਇਹ ਕੰਮ ਜਿਹੜਾ ਕਰਨ ਆਈ ਸੀ ਉਹ ਕਰ ਗਈ। ਹੋ ਸਕਦਾ ਕਿ ਗਰਮੀਆਂ ਦੇ ਦਿਨ ਨੇ, ਜਿਹੜੀ ਤੁਸੀਂ ਗੱਲ ਕਹੇ ਕਿ ਚੋਬਦਾਨ ਖਲੋਤੇ ਨੇ, ਕਿੰਨੇ ਕਿੰਨੇ ਦੂਰੀ 'ਤੇ ਖਲੋਤੇ ਹੁੰਦੇ ਨੇ ਇਹ ਤਾਂ ਪਤਾ ਨਹੀਂ, ਪਰ ਖਲੋਤੇ ਜ਼ਰੂਰ ਹੁੰਦੇ ਨੇ। ਜਸਟ ਮੈਚ 5 ਸੈਕਿੰਡ ਦੇ ਵਿੱਚ ਇਹ ਕੰਮ ਹੋ ਗਿਆ, 2 ਨੂੰ ਸਸਪੈਂਡ ਕਰਤਾ ਗਿਆ, 1 ਨੂੰ ਪਨਿਸ਼ਮੈਂਟ ਜਿਹੜੀ ਹੈ ਦਿੱਤੀ ਗਈ ਹੈ ਸ਼ਾਇਦ ਕਿਸੇ ਕਾਰਨ ਉਹ। ਪਰ ਆਪਾਂ ਜੇ ਇਹ ਕਹਿ ਦਈਏ ਕਿ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਅਤੇ ਇਹ ਬੀਬੀ ਮੱਥਾ ਵੀ ਨਹੀਂ ਟੇਕਿਆ ਇਹਨੇ, ਮੈਂ ਨਹੀਂ ਕਹਿ ਰਿਹਾ, ਜਿਹੜੀ ਉਹਨਾਂ ਨੇ CCTV ਖੰਗਾਲੀ ਆ ਉਹਦੇ ਮੁਤਾਬਕ, ਇਹ ਸਿਰਫ ਅਤੇ ਸਿਰਫ ਇਹਨੂੰ ਪਤਾ ਹੈ ਵੀ ਉੱਥੇ ਕੀ ਅਕੀਦੇ ਨੇ, ਸਿਰਫ ਇੱਕ ਸ਼ਰਾਰਤ ਕੁੰਨ ਜਿਹੜੀ ਇਹਦੀ ਇਹ ਜਿਹੜਾ ਕਦਮ ਵਾ,
ਨਿਖੇਧੀ ਕਰਨੀ ਬਣਦੀ ਹੈ, ਕਿਸੇ ਨੇ ਅਜੇ ਤੱਕ ਵੱਡੀ ਸੰਸਥਾ ਨੇ ਨਿਖੇਧੀ ਨਹੀਂ ਕੀਤੀ ਗੈਰ ਸਿੱਖਾਂ ਤੋਂ, ਜਿਹੜੀ ਕਿ ਕਰਨੀ ਬਣਦੀ ਹੈ, ਇਹਦੇ ਨਾਲ ਪਾੜੇ ਵੱਧਦੇ ਨੇ। ਇਹ ਬੱਚੀ ਨਹੀਂ ਗੀ, ਇਹ ਕੋਈ 13-14 ਸਾਲ ਦੀ ਕੁੜੀ ਨਹੀਂ ਗੀ, 15 ਸਾਲ ਦੀ ਕੁੜੀ ਨਹੀਂ ਗੀ, ਮਚਿਓਰ ਹੈ। ਠੀਕ ਹੈ, ਕੁਤਾਈ ਹੋਈ ਹੈ ਪ੍ਰਬੰਧਕਾਂ ਦੇ ਕੋਲੋਂ ਉੱਥੇ, ਪਰ ਇਹਨੇ ਜਾਣ ਬੁੱਝ ਕੇ ਜਿਹੜਾ ਹੈ ਹਰਕਤ ਕੀਤੀ ਹੈ, ਇਹ ਮੰਨਣੀ ਪਊਗੀ। ਹੁਣ FIR ਦਰਜ ਹੋ ਗਈ ਹੈ। ਹੁਣ ਤੁਸੀਂ ਦੇਖੋ ਇਹਦੇ ਵਿੱਚ, ਪਹਿਲਾਂ ਇਹਨੇ ਕੰਮ ਕਰ ਲਿਆ, ਇਹਦੀਆਂ ਹੁਣ ਫੋਟੋਆਂ ਵੀ ਸਾਹਮਣੇ ਆ ਗਈਆਂ। ਪਹਿਲਾਂ ਇਹ ਮਾਫ਼ੀ ਮੰਗਦੀ ਹੈ, ਮਾਫ਼ੀ ਮੰਗਣ ਤੋਂ ਬਾਅਦ ਇਹਦੇ 'ਤੇ ਜਿਹੜੀ ਇਹਨੂੰ ਸਿਕਿਉਰਿਟੀ ਮਿਲਦੀ ਹੈ, ਉਦੋਂ ਬਾਅਦ ਵਾਲੀ ਵੀਡੀਓ ਵੇਖੋ ਤੁਸੀਂ, ਉਹਦੇ ਚਿਹਰੇ 'ਤੇ ਫਿਰ ਲਾਲ ਗੁਲਾਲ ਰੰਗ ਹੈ। ਅਗਲੇ ਨੇ ਸਮਝਾ ਦਿੱਤਾ ਵੀ ਤੇਰੇ 'ਤੇ ਕੀ ਹੋਣਾ, FIR ਦਰਜ ਹੋਈ ਹੈ, 2 ਸਾਲਾਂ ਬਾਅਦ ਉੱਦਾਂ ਲੱਭਣੀ ਨਹੀਂ ਤੇਰੀ FIR, ਤੂੰ ਕਿਹੜਾ ਜਾਣਾ ਮੁੜ ਕੇ ਉੱਥੇ, ਕੰਮ ਹੋ ਗਿਆ ਤੇਰਾ, ਠੀਕ ਹੈ, ਔਰ ਮਿਲੀਅਨਸ ਇਹਨੂੰ ਜਿਹੜੇ ਨੇ ਫੋਲੋਵਰਸ ਮਿਲ ਜਾਣੇ ਨੇ, ਕੰਮ ਰਿੜ ਪਿਆ। ਗਲਤ ਹੈ, ਗਲਤ ਹੈ, ਗਲਤ ਹੈ ਅਤੇ ਗਲਤ ਹੈ। ਠੀਕ ਹੈ, ਉਹਨਾਂ ਪ੍ਰਬੰਧਕਾਂ ਨੂੰ ਕੁਤਾਈ ਹੋਈ ਹੈ, ਉਹ ਸੁਧਰਨ, ਸਧਾਰਨ, ਬਾਹਰ ਸੰਗਤਾਂ ਜਿਹੜੀਆਂ ਦੂਰੋਂ ਆਉਂਦੀਆਂ ਨੇ ਇੱਕ ਗਰੁੱਪ ਦੇ ਵਿੱਚ ਖੜ੍ਹਾ ਕਰ ਲੈਣ, 40-50 ਬੰਦੇ ਫਿਰ ਅੰਦਰ ਵਾੜਨ, ਅਤੇ ਫਿਰ ਉਹਨਾਂ ਨੂੰ ਸਮਝਾਉਣ, ਉੱਥੇ ਸਪੀਕਰ ਲਾ ਦੇਣ ਜਾਂ ਇੱਕ ਚੋਬਦਾਨ ਜਾਂ ਇੱਕ ਜਿਹੜਾ ਹੈ ਉੱਥੇ ਬੰਦਾ ਖਿਲਾਰਿਆ ਜਾਵੇ, ਐਕਸਪਰਟ ਵੀ ਅੰਦਰ ਜਾ ਕੇ, ਤੁਸੀਂ ਆਹ ਚੀਜ਼ਾਂ ਨਹੀਂ ਕਰਨੀਆਂ, ਆਹ ਚੀਜ਼ਾਂ ਤੁਹਾਡੇ ਕੋਲ ਵਰਜਿਤ ਨੇ, ਨਹੀਂ ਹੋਣੀ ਚਾਹੀਦੀਆਂ, ਹਾਂਜੀ, ਅਤੇ ਆਪੇ ਪਤਾ ਲੱਗ ਜੂ। ਬਿਲਕੁਲ ਤੁਹਾਡੀ ਗੱਲ ਵੀ ਸਹੀ ਹੈ। 9 5 8 1 3 1 3 2 0 ਮਾੜੀ ਗੱਲ। ਸ੍ਰੀ ਦਰਬਾਰ ਸਾਹਿਬ ਦੇ ਕੋਲ ਕੁੜੀ ਨਸ਼ੇ ਵਿੱਚ ਧੁੱਤ ਵੀ ਮਿਲੀ ਹੈ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਅਸਲ 'ਚ ਨਾ ਉੱਥੇ ਤਾਂ ਪਹਿਲਾਂ ਵੀ ਕੁੜੀ ਇੱਕ ਦੋ ਮਿਲੀ ਸੀਗੀ, ਅਤੇ ਪਰ ਹੁਣ ਕੱਲ੍ਹ ਰਾਤ ਨੂੰ ਮਤਲਬ ਉਹ ਕੁੜੀ ਤੋਂ ਤੁਰਿਆ ਨਹੀਂ ਜਾ ਰਿਹਾ ਸੀਗਾ ਜੀ। ਸੋਹਣੇ ਕੱਪੜੇ ਪਾਏ ਸੀ ਕੁੜੀ ਨੇ, ਪੰਜਾਬੀ ਸੂਟ ਪਾਇਆ ਸੀਗਾ, ਅਤੇ ਪਰ ਉਹ ਇੰਨੀ ਧੁੱਤ ਸੀਗੀ ਕਿ ਉਹ ਖੜੀ ਵੀ ਨਹੀਂ ਹੋ ਪਾ ਰਹੀ ਸੀਗੀ। ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਉਹ ਸੜਕ ਦੇ ਉੱਪਰ ਸੀ ਕੁੜੀ ਉਹ, ਅਤੇ ਵੱਡੀ ਗੱਲ ਇਹ ਆ ਕਿ ਉਸ ਕੁੜੀ ਨੂੰ ਕੋਈ ਸੰਭਾਲ ਨਹੀਂ ਰਿਹਾ ਸੀਗਾ। ਜਿਹੜੇ ਬੰਦੇ ਸੰਭਾਲਣ ਵਾਸਤੇ ਗਏ ਮੜਦੇ ਨੂੰ ਗਾਣਾ ਕੱਢਣ ਲੱਗ ਪਈ ਉਹ। ਇਹ ਸਾਡੀਆਂ ਧੀਆਂ ਭੈਣਾਂ ਦਾ ਜਿਹੜਾ ਪੰਜਾਬ ਦੇ ਵਿੱਚ, ਕਿ ਪੰਜਾਬੀ ਸੂਟ ਕਰਕੇ ਮੈਂ ਕਹਿ ਰਿਹਾ ਗੱਲ, ਇਹ ਪੰਜਾਬੀ ਕੁੜੀਆਂ ਜਿਹੜੀਆਂ ਹੈਗੀਆਂ ਇੱਦਾਂ ਆ ਗਈਆਂ ਅਤੇ ਨਸ਼ੇ ਦੇ ਵਿੱਚ ਧੁੱਤ ਹੋਣ ਲੱਗ ਪਈਆਂ, ਅਤੇ ਨਸ਼ੇ ਸੈਂਟਰਾਂ ਦੇ ਵਿੱਚ ਕੁੜੀਆਂ ਜਾਣ ਲੱਗ ਪਈਆਂ, ਪੰਜਾਬ ਦੇ ਚੰਗਾ ਸ਼ੁਭ ਸੰਕੇਤ ਨਹੀਂ ਹੈਗਾ। ਕੱਲ੍ਹ ਬਿਹਾਰ ਤੋਂ 3 ਔਰਤਾਂ ਆਈਆਂ ਸੀਗੀਆਂ, ਅਤੇ 3 ਔਰਤਾਂ ਬੱਸ ਵਿੱਚ ਆਈਆਂ, ਅਤੇ ਪਟਿਆਲਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਕੋਲੋਂ 7 ਕਿਲੋ ਨਸ਼ਾ ਮੇਰੇ ਖਿਆਲ ਹੀਰੋਇਨ ਸੀਗੀ ਸਮਥਿੰਗ, ਉਹਨਾਂ ਕੋਲੋਂ ਬਾਹਰੋਂ ਆਈਆਂ ਔਰਤਾਂ, ਜੇ ਔਰਤਾਂ ਦੇ ਰਾਹੀਂ ਨਸ਼ਾ ਪੰਜਾਬ ਵਿੱਚ ਆਉਣ ਲੱਗ ਪਿਆ, ਔਰਤਾਂ ਨਸ਼ਾ ਕਰਨ ਲੱਗ ਪਈਆਂ, ਮਾੜਾ ਸੰਕੇਤ ਹੈ ਚਾਵਲਾ ਸਾਹਿਬ ਜੀ। 9 5 8 1 3 1 3 2 0 ਜੀ ਅਕੀਦਾ ਜੀ, ਚੰਦਰ ਸ਼ੇਖਰ ਆਜ਼ਾਦ ਬੋਲੇ ਨੇ ਕਿ ਮੈਂ ਉਹਨਾਂ ਦੀ ਆਵਾਜ਼ ਹਾਂ ਜਿਨ੍ਹਾਂ ਨੂੰ ਇਨਸਾਨ ਨਹੀਂ ਸਮਝਿਆ ਗਿਆ, ਤੁਸੀਂ ਕੀ ਕਹਿਣਾ ਚਾਹੋਗੇ? ਅਸਲ 'ਚ ਜਿਹੜਾ ਇਹ ਪਾਰਟੀ ਹੈ ਜੀ, ਦਲਿਤ ਨੇਤਾ ਹੈਗੇ ਆ ਚੰਦਰ ਸ਼ੇਖਰ ਆਜ਼ਾਦ, ਅਤੇ ਇਹਨਾਂ ਨੇ ਕਾਫ਼ੀ ਪਿਛਲੇ ਸਮੇਂ ਦੌਰਾਨ ਕਾਫ਼ੀ ਕੰਮ ਕੀਤੇ ਆ ਇਹਨਾਂ ਨੇ, ਅਤੇ ਇਹ ਅੰਦਰ ਵੀ ਗਿਆ ਜਿਹੜਾ ਕਿ ਗੁਰੂ ਰਵਿਦਾਸ ਦੀ ਇੱਥੇ ਮੰਦਰ ਢਾਇਆ ਗਿਆ ਸੀਗਾ ਇੱਥੇ ਦਿੱਲੀ ਦੇ ਕੋਲ, ਉੱਥੇ ਨੇ ਬੜੀ ਜੰਗ ਲੜਿਆ ਅਤੇ ਕਾਫ਼ੀ ਦੇਰ ਜੇਲ੍ਹ 'ਚ ਵੀ ਰਿਹਾ ਬੰਦਾ। ਉਸ ਤੋਂ ਬਾਅਦ ਇਹਦੀ ਕਾਫ਼ੀ ਆਵਾਜ਼ ਗਈ ਲੋਕਾਂ ਤੱਕ, ਅਤੇ ਇਹ ਬਣ ਗਿਆ ਅੱਜ ਕੱਲ੍ਹ MP। ਅਤੇ ਮਾਇਆਵਤੀ ਲੋਕਾਂ ਨੇ ਨਕਾਰਤਾ, ਉਹ ਦਲਿਤ ਨੇਤਾ ਸੀਗੀ, ਉਹ ਨਕਾਰ ਦਿੱਤੀ ਗਈ ਆ, ਅਤੇ ਇਹ MP ਬਣ ਗਿਆ। ਅਤੇ ਕੱਲ੍ਹ ਫਿਰ ਇਹ ਉੱਥੇ ਬੋਲਿਆ, ਅੰਦਰ ਨਹੀਂ ਬੋਲਿਆ, ਬਾਹਰ ਮੀਡੀਆ ਕੋਲ ਬੋਲਿਆ, ਕਹਿੰਦਾ ਮੈਂ ਉਹਨਾਂ ਲੋਕਾਂ ਦੀ ਆਵਾਜ਼ ਹਾਂ ਜਿਹਨਾਂ ਲੋਕਾਂ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ। ਕੁਝ ਇਲਾਕਿਆਂ ਵਿੱਚ ਇੱਦਾਂ ਹੈਗਾ ਚਾਵਲਾ ਸਾਹਿਬ ਵੀ ਇਨਸਾਨ ਨਹੀਂ ਸਮਝਿਆ ਜਾਂਦਾ ਕੁਝ ਇਲਾਕਿਆਂ ਵਿੱਚ। ਛੱਡੋ ਤੁਸੀਂ ਪਟਿਆਲੇ ਜ਼ਿਲ੍ਹੇ ਦੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸਾਹਿਬ ਹੈਗਾ, ਬਹੁਤ ਇਤਿਹਾਸਕ ਆ, ਪਿੰਡ ਹੈ 9 ਲੱਖਾਂ, 9 ਲੱਖਾਂ ਪਿੰਡ ਆ, ਫਤਿਹਗੜ੍ਹ ਸਾਹਿਬ 'ਚ ਪੈਂਦਾ। ਫਤਿਹਗੜ੍ਹ ਸਾਹਿਬ ਸਾਡੇ ਸਿੱਖ ਧਰਮ ਦਾ ਬੜਾ ਵੱਡਾ ਥਾਂ ਹੈਗਾ, ਸ਼ਹੀਦਾਂ ਦੀ ਧਰਤੀ ਆ, ਅਤੇ ਉਸ ਦੇ ਵਿੱਚ ਇੱਕ ਦਲਿਤ ਮੁੰਡਾ ਡੇਲੀ ਆਉਂਦਾ ਹੈ
ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਅਤੇ ਸੇਵਾ ਕਰਕੇ ਉਹ ਸਵੇਰੇ ਆ ਕੇ ਉਹ ਫਿਰ ਨਿਕਲ ਜਾਂਦਾ। ਹੋਇਆ ਕੀ ਵੀ ਉਹਦੀ ਘਰਵਾਲੀ ਵੀ ਆਉਂਦੇ ਉੱਥੇ ਆਉਂਦੀ ਆ, ਇੱਕ ਉੱਥੇ ਜ਼ਿਮੀਦਾਰ ਹੈਗਾ। ਜ਼ਿਮੀਦਾਰ ਕੀ ਕਰਦਾ, ਉਹਦੀ ਘਰਵਾਲੀ ਜਦੋਂ ਆ ਰਹੀ ਸੀ, ਜ਼ਿਮੀਦਾਰ ਨੇ ਉਸ ਨੂੰ ਘਰਵਾਲੀ ਨੂੰ ਮਾੜਾ ਮਾੜੇ ਤਰੀਕੇ ਨਾਲ ਉਹਦੇ ਨਾਲ ਟੌਂਟ ਕੀਤਾ। ਉਹ ਦੱਸਦਾ ਵੀ ਘਰਵਾਲੀ ਨੇ ਆਪਣੇ ਘਰਵਾਲੀ ਨੂੰ ਕਿ ਇੱਦਾਂ ਕੀਤਾ ਉਹਨੇ, ਅਤੇ ਜੋ ਵੀਡੀਓ ਸਾਹਮਣੇ ਉਹਨੇ ਪਾਈ ਆ, ਜੋ ਵੀਡੀਓ ਪਾਈ ਆ, ਕੁਛ ਟਾਈਮ ਦੀ ਗੱਲ ਆ, ਕੋਈ 8-10 ਦਿਨ ਦੀ ਗੱਲ ਹੈ, ਅਤੇ ਉਹ ਕੱਲ੍ਹ ਪਰਸੋਂ ਨੇ ਵੀਡੀਓ ਪਾਈ ਆ ਇਸ ਗੱਲ ਦੀ। ਅਤੇ ਉਹ ਕਹਿੰਦਾ ਬਈ ਤੁਸੀਂ ਜਿਹੜਾ ਉਹ ਮੇਰੀ ਘਰਵਾਲੀ ਨਾਲ ਇੱਦਾਂ ਕੀਤਾ ਉਹਨੇ ਉਹਨੂੰ ਕਿਹਾ ਮੈਨੇਜਰ ਨੂੰ ਕਿਵੇਂ ਕਰਕੇ ਜੀ ਮੇਰੀ ਘਰਵਾਲੀ ਨਾਲ ਇੱਦਾਂ ਬੋਲਿਆ, ਅਤੇ ਉਹ ਜ਼ਿਮੀਦਾਰ ਉਸ ਨਾਲ ਖਾਰ ਖਾਣ ਲੱਗ ਪਿਆ। ਉਹ ਹੋਇਆ ਕੀ ਕਿ ਉਹਦਾ ਮੁੰਡਾ ਜ਼ਿਮੀਦਾਰਾਂ ਦਾ ਅਤੇ ਉਹ ਆਪ ਦੋਵੇਂ ਉਹ ਆ ਰਹੇ ਨੇ ਸਵੇਰੇ ਸਵੇਰੇ ਅੱਗੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ, ਅਤੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਨੂੰ ਫੜ ਲਿਆ ਜਾਂਦਾ ਅਤੇ ਉਸ ਨੂੰ ਘਲੀਸ ਦਰਬਾਰ ਸਾਹਿਬ ਦੇ ਵਿੱਚ ਭੇਜਿਆ ਜਾਂਦਾ ਅਤੇ ਕੁੱਟਿਆ ਜਾਂਦਾ। ਉਹਨੇ ਸ਼ਿਕਾਇਤ ਵੀ ਕਰਤੀ ਹੈ ਥਾਣੇ ਵਿੱਚ ਉੱਥੇ ਮੂਲੇਪੁਰ, ਅਤੇ ਐੱਮ ਐੱਲ ਏ ਸਾਹਿਬ ਨੂੰ ਵੀ ਪਤਾ ਉੱਥੇ ਦੇ, ਐੱਮ ਐੱਲ ਏ ਸਾਹਿਬ ਆਮ ਆਦਮੀ ਪਾਰਟੀ ਦੇ ਨੇ, ਐੱਮ ਐੱਲ ਏ ਸਾਹਿਬ ਜਿਹੜੀ ਉਹ ਧਿਰ ਹੈਗੀ ਹੈ ਜ਼ਿਮੀਦਾਰ ਅਤੇ ਉਹਨੂੰ ਬਚਾਉਣ ਲੱਗਿਆ ਹੋਇਆ। ਅਤੇ ਉਹ ਮੁੰਡਾ ਹੁਣ ਬਚ ਕੇ ਕੈਨੇਡਾ ਪਹੁੰਚ ਗਿਆ, ਸਰ ਸੁਣ ਵੀ ਰਿਹਾ ਵੀ ਆਪਣਾ ਪ੍ਰੋਗਰਾਮ, ਉਹ ਉੱਥੇ ਪਹੁੰਚ ਗਿਆ ਅਤੇ ਇਹਨੂੰ ਕੱਢਣ 'ਚ ਕਾਮਯਾਬ ਹੋ ਗਏ, ਇੱਕ ਮੁੰਡੇ ਨੂੰ ਕੱਢਣ 'ਚ ਕਾਮਯਾਬ ਹੋ ਗਿਆ ਅਤੇ ਹੋ ਗਿਆ। ਅਤੇ ਪੂਰੀ ਸਿੱਖ ਕੌਮ, ਉਹ ਬੀਬੀ ਜਗੀਰ ਕੌਰ ਤੱਕ, ਧਾਮੀ ਤੱਕ, ਸਾਰੇ ਬੰਦਿਆਂ ਜਿਹੜੇ ਮੇਨ ਲੀਡਰ ਆ ਉਹਦੀ ਵੀਡੀਓ ਪਹੁੰਚ ਚੁੱਕੀ ਆ, ਅਤੇ ਅਜੇ ਤੱਕ ਕਿਸੇ ਨੇ ਵੀ ਉਹਦੇ ਪ੍ਰਤੀ ਕੋਈ ਸੰਗਿਆਨ ਨਹੀਂ ਲਿਆ, ਕੋਈ ਕਾਰਵਾਈ ਨਹੀਂ ਕੀਤੀ। ਇੱਦਾਂ ਦੀ ਘਟਨਾਵਾਂ ਜੇ ਪੰਜਾਬ 'ਚ ਵਾਪਰਨਗੀਆਂ ਤਾਂ ਚੰਦਰ ਸ਼ੇਖਰ ਠੀਕ ਹੈ, ਫਿਰ ਇਹਨਾਂ ਨੂੰ ਇਨਸਾਨ ਸਮਝਦੇ, ਉਹ ਵੀ ਠੀਕ ਹੈ ਫਿਰ। ਬਿਲਕੁਲ ਸਹੀ ਗੱਲ ਕਹੀ ਤੁਸੀਂ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਚਲੋ ਸਤਿ ਸ਼੍ਰੀ ਅਕਾਲ। ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਕੀਤਾ ਵਕਤ, ਇੱਥੇ ਛੋਟੀ ਜੀ ਬ੍ਰੇਕ ਤੈਅ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਖਬਰਾਂ ਲੈ ਕੇ ਆਉਂਦੇ ਹਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇੱਕ ਜਿਹੜਾ ਹੈ ਫਰਮਾਨ ਉਹ ਵੀ ਸਾਂਝਾ ਕਰਾਂਗੇ, ਅਤੇ ਖਬਰਾਂ ਕੁਝ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਸੁਣਨ ਲਈ, ਦੇਖਣ ਲਈ ਪ੍ਰੋਗਰਾਮ ਨੂੰ ਬਹੁਤ ਬਹੁਤ ਸ਼ੁਕਰੀਆ। You are listening to CNN Toronto, Chawla News Network, Toronto.